ਦੋਸਤੋ ਦਿਸ ਇਸ ਮਲਿੰਦਰ ਸਾਡੇ ਸਾਰੇ ਦੇ ਗੋਲਸ ਹੁੰਦੇ ਨੇ ਸੁਪਨੇ ਹੁੰਦੇ ਨੇ ਟਾਰਗੇਟਸ ਹੁੰਦੇ ਨੇ ਤੇ ਕਦੀ ਕਦੀ ਕੀ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਪੂਰਾ ਨਹੀਂ ਹੁੰਦੇ ਜੋ ਜਿਹੜਾ ਸਾ ਟਾਈਮ ਪੀਰੀਅਡ ਸੋਚਿਆ ਹੁੰਦਾ ਹੈ ਜਾਂ ਜਿਸ ਤਰੀਕੇ ਨਾਲ ਅਸੀਂ ਸੋਚਿਆ ਹੁੰਦਾ ਹੈ ਉਸ ਤਰ੍ਹਾਂ ਚੀਜ਼ਾਂ ਨਹੀਂ ਹੁੰਦੀਆਂ ਤੇ ਅਸੀਂ ਕੀ ਕਰਦੇ ਹਾਂ ਕਿ ਅਸੀਂ ਆਪਣੇ ਗੋਲਸ ਨੂੰ ਗਿਵ ਅਪ ਕਰ ਦਿੰਨੇ ਹਾਂ ਲੇਕਿਨ ਉਸ ਵਕਤ ਤੇ ਗੋਲਸ ਨੂੰ ਗਿਵ ਅਪ ਨਹੀਂ ਕਰਨਾ ਚਾਹੀਦਾ ਸਾਨੂੰ ਜੋ ਹੈ ਉਹਨਾਂ ਨੂੰ ਉਹਦਾ ਰਸਤਾ ਅਲੱਗ ਕਰ ਸਕਦੇ ਹਾਂ ਅਸੀਂ ਕਿਸੇ ਮੰਜ਼ਲ ਨੂੰ ਪਹੁੰਚਣਾ ਹੈ ਕੋਈ ਇੱਕ ਰਸਤੇ ਰਾਹੀਂ ਚੱਲ ਰਹੇ ਹਾਂ ਉਸ ਉਸ ਰਸਤੇ ਰਾਹੀਂ ਅਸੀਂ ਨਹੀਂ ਪਹੁੰਚ ਰਹੇ ਨਹੀਂ ਅੱਗੇ ਵਧ ਰਹੇ ਤੇ ਮੰਜ਼ਲ ਨੂੰ ਨਹੀਂ ਅਸੀਂ ਚੇਂਜ ਕਰ ਦੇਣਾ ਕਿ ਅਸੀਂ ਜਾਣਾ ਹੀ ਨਹੀਂ ਹੈ ਅਸੀਂ ਆਪਣਾ ਰਸਤਾ ਚੇਂਜ ਕਰ ਸਕਦੇ ਹਾਂ ਜੇ ਸਾਡੇ ਕੁਝ ਗੋਲਸ ਨਹੀਂ ਅਚੀਵ ਹੋ ਰਹੇ ਤਾਂ ਅਸੀਂ ਉਸ ਦਾ ਤਰੀਕਾ ਚੇਂਜ ਕਰ ਸਕਦੇ ਹਾਂ ਉਸ ਦਾ ਮੈਥਡ ਚੇਂਜ ਕਰ ਸਕਦੇ ਹਾਂ ਉਹਨੂੰ ਡਿਫਰੈਂਟ ਤਰੀਕੇ ਦੇ ਨਾਲ ਇੰਪਲੀਮੈਂਟ ਕਰ ਸਕਦੇ ਹਾਂ ਲੇਕਿਨ ਮੰਜ਼ਿਲ ਨਹੀਂ ਚੇਂਜ ਕਰਨੀ ਚਾਹੀਦੀ ਅਸੀਂ ਰਸਤਾ ਚੇਂਜ ਕਰ ਸਕਦੇ ਹਾਂ ਰਸਤੇ ਚੇਂਜ ਕਰਕੇ ਹੋ ਸਕਦਾ ਹੈ ਸਾਡੀ ਚਰਨੀ ਆਸਾਨ ਹੋ ਜਾਏ ਤੇ ਅਸੀਂ ਜਿਸ ਵੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹਾਂ ਸੁੰਦਰ ਔਰ ਲੇਟਰ ਪਹੁੰਚਾਈਏ ਲੇਕਿਨ ਅਗੇਨ ਕਿ ਆਪਣੀ ਜੋ ਹੈ ਮੰਜ਼ਲ ਉਹੀ ਰੱਖਣੀ ਹੈ ਆਪਣਾ ਟਾਰਗੇਟ ਨਹੀਂ ਚੇਂਜ ਕਰਨਾ ਅਸੀਂ ਜੋ ਹੈ ਪਰ ਮੈਥਡ ਚੇਂਜ ਕਰ ਸਕਦੇ ਹਾਂ ਕਿ ਅਸੀਂ ਉਸ ਰਸਤੇ ਜੇ ਇੱਕ ਚੀਜ਼ ਵਰਕ ਨਹੀਂ ਕਰ ਰਹੀ ਤਾਂ ਅਸੀਂ ਕੋਈ ਹੋਰ ਤਰੀਕਾ ਚੇਂਜ ਕਰ ਸਕਦੇ ਹਾਂ ਸੋ ਅਗੇਨ ਤਰੀਕਾ ਚੇਂਜ ਕਰ ਸਕਦੇ ਹਾਂ ਲੇਕਿਨ ਜੋ ਟਾਰਗੇਟ ਹੈ ਉਸ ਨੂੰ ਅਸੀਂ ਚੇਂਜ ਨਹੀਂ ਕਰਨਾ ਥੈਂਕ ਯੂ